ਮੌਤੋਂ ਬਾਅਦ ਸਾਡੇ ਸਰੀਰ ਦਾ ਕੀ ਹੁੰਦਾ ਹੈ ਇਹ ਦੁਨੀਆ ਦੇ ਸਭ ਤੋਂ ਦਿਲਚਸਪ ਸਵਾਲਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਜੀਵਨ ਮਿਲ ਗਿਆ ਉਸਦੀ ਮੌਤ ਯਕੀਨੀ ਹੈ ਸਰੀਰ ਦੇ ਕੁਝ ਹਿੱਸਿਆਂ ਦਾ ਰੰਗ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਸਰੀਰ ਦਾ ਇੱਕ ਹਿੱਸਾ ਵਾਇਲਟ ਲਾਲ ਜਾਂ ਨੀਲਾ ਵਾਇਲਟ ਹੋ ਜਾਂਦਾ ਹੈ ਕਿਉਂਕਿ ਗੁਰੂਤਾ ਕਰਸ਼ਨ ਦੇ ਕਾਰਨ ਸਾਡੇ ਸਰੀਰ ਦੇ ਸਭ ਤੋਂ ਹੇਠਲੇ ਹਿੱਸੇ ਦੇ ਵਿੱਚ ਖੂਨ ਜਮਾ ਹੋ ਜਾਂਦਾ ਹੈ ਕੁਝ ਹਿੱਸੇ ਪੀਲੇ ਹੋ ਜਾਂਦੇ ਨੇ ਇਹ ਜੇ ਇਸ ਲਈ ਹੁੰਦਾ ਹੈ ਕਿਉਂਕਿ ਖੂਨ ਸਿਲਾਂ ਦੇ ਵਿੱਚ ਉਹ ਲੰਗਣਾ ਬੰਦ ਕਰ ਦਿੰਦਾ ਹੈ ਅਤੇ ਇਹ ਪ੍ਰਕਿਰਿਆ ਸਾਰੇ ਲੋਕਾਂ ਲਈ ਇੱਕੋ ਜਿਹੀ ਹੈ ਪਰ ਗੂੜੀ ਚਮੜੀ ਵਾਲੇ ਲੋਕਾਂ ਤੇ ਇਹ ਤੁਰੰਤ ਦਿਖਾਈ ਨਹੀਂ ਦਿੰਦੀ ਇਸ ਦੌਰਾਨ ਸਰੀਰ ਠੰਡਾ ਹੋ ਜਾਂਦਾ ਹੈ ਮੌਤ ਤੋਂ ਬਾਅਦ ਅਜਿਹੀਆਂ ਤਬਦੀਲੀਆਂ ਲਗਭਗ ਬੇਹਦ ਹੁੰਦੀਆਂ ਨੇ ਤੇ ਮੌਤ ਤੋਂ ਬਾਅਦ ਜਦੋਂ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਖੂਨ ਨੂੰ ਪੰਪ ਨਹੀਂ ਕਰ ਸਕਦਾ ਤਾਂ ਭਾਰੀ ਲਾਲ ਖੂਨ ਦੇ ਸੈੱਲ ਗੰਬੀਰਤਾ ਦੀ ਕਿਰਿਆ ਦੁਆਰਾ ਸੀਰਮ ਦੁਆਰਾ ਡੁੱਬ ਜਾਂਦੇ ਨੇ ਇਸ ਪ੍ਰਕਿਰਿਆ ਨੂੰ ਲੀਵਰ ਮੋਰਟਿਸ ਕਿਹਾ ਜਾਂਦਾ ਹੈ ਜੋ ਕਿ 20 ਤੋਂ 30 ਮਿੰਟਾਂ ਬਾਅਦ ਸ਼ੁਰੂ ਹੁੰਦਾ ਹੈ ਮੌਤ ਤੋਂ 2 ਘੰਟੇ ਬਾਅਦ ਮਨੁੱਖੀ ਅੱਖ ਦੁਆਰਾ ਦੇਖਿਆ ਜਾ ਸਕਦਾ ਹੈ ਜਿਸ ਕਾਰਨ ਚਮੜੀ ਦਾ ਜਾਮਨੀ ਲੇ ਰੰਗ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਮੌਤ ਤੋਂ ਬਾਅਦ ਤੀਜੇ ਘੰਟੇ ਤੋਂ ਹੀ ਸਰੀਰ ਦੇ ਸਿੱਲਾ ਅੰਦਰ ਰਸਾਇਣਿਕ ਤਬਦੀਲੀਆਂ ਦੇ ਕਾਰਨ ਸਾਰੀਆਂ ਮਾਸਪੇਸ਼ੀਆਂ ਸਖਤ ਹੋਣ ਲੱਗਦੀਆਂ ਨੇ ਜਿਸ ਨੂੰ ਰਿਗਰ ਮੋਰਟਿਸ ਕਿਹਾ ਜਾਂਦਾ ਹੈ ਇਸ ਨੂੰ ਮੌਤ ਦੀ ਤੀਜੀ ਅਵਸਥਾ ਵੀ ਕਿਹਾ ਜਾਂਦਾ ਹੈ ਇਸ ਕਾਰਨ ਮਰਤਕ ਦੇ ਹੱਥ ਪੈਰ ਕੰਬਣ ਲੱਗ ਪੈਂਦੇ ਨੇ ਪ੍ਰਭਾਵਿਤ ਹੋਣ ਵਾਲੀਆਂ ਪਹਿਲੀਆਂ ਮਾਸਪੇਸ਼ੀਆਂ ਦੇ ਵਿੱਚੋਂ ਪਲਕਾਂ ਜਬਾੜੇ ਅਤੇ ਗਰਦਨ ਸ਼ਾਮਲ ਨੇ ਇਸ ਤੋਂ ਬਾਅਦ ਚਿਹਰਾ ਅਤੇ ਛਾਤੀ ਪੇਟ, ਬਾਹਾਂ ਅਤੇ ਲੱਤਾਂ ਪ੍ਰਭਾਵਿਤ ਹੁੰਦੀਆਂ ਨੇ। ਕਠੋਰ ਮੋਟਿਸ ਐਕਸ਼ਨ ਦੇ ਕਾਰਨ ਸਰੀਰ ਦੀਆਂ ਲਗਭਗ ਸਾਰੀਆਂ ਮਾਸਪੇਸ਼ੀਆਂ 12 ਘੰਟਿਆਂ ਦੇ ਅੰਦਰ ਸਖਤ ਹੋ ਜਾਂਦੀਆਂ ਨੇ। ਇਸ ਬਿੰਦੂ ਤੇ ਮਰਤਕ ਦੇ ਅੰਗਾਂ ਨੂੰ ਹਿਲਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਸਥਿਤੀ ਦੇ ਵਿੱਚ ਗੋਡੇ ਅਤੇ ਕੂਣੀਆਂ ਨੂੰ ਥੋੜਾ ਜਿਹਾ ਚੁਕਾਇਆ ਜਾ ਸਕਦਾ ਹੈ। ਜਦੋਂ ਕਿ ਹੱਥ ਅਤੇ ਪੈਰ ਦੀਆਂ ਉਂਗਲਾਂ ਅਸਾਧਾਰਨ ਤੌਰ ਤੇ ਹੈਲਜੋਲਰ ਨਹੀਂ ਕਰ ਸਕਦੀਆਂ ਸੈੱਲਾਂ ਅਤੇ ਅੰਦਰੂਨੀ ਟਿਸ਼ੂਆਂ ਦੇ ਅੰਦਰ ਲਗਾਤਾਰ ਰਸਾਇਣਕ ਤਬਦੀਲੀਆਂ ਦੇ ਕਾਰਨ ਮਾਸਪੇਸ਼ੀਆਂ ਪੂਰੀ ਤਰ੍ਹਾਂ ਢਿੱਲੀਆਂ ਹੋ ਜਾਂਦੀਆਂ ਨੇ ਇਸ ਪ੍ਰਕਿਰਿਆ ਨੂੰ ਸੈਕੰਡਰੀ ਫੈਲੈਸਿਡਿਟੀ ਕਿਹਾ ਜਾਂਦਾ ਹੈ ਅਤੇ ਇਸ ਸਮੇਂ ਸਰੀਰ ਦੀ ਚਮੜੀ ਸੁਗੜਨ ਲੱਗਦੀ ਹੈ ਇਸ ਹਾਲਤ ਦੇ ਵਿੱਚ ਸਭ ਤੋਂ ਪਹਿਲਾਂ ਪੈਰਾਂ ਦੀਆਂ ਉਂਗਲਾਂ ਪ੍ਰਭਾਵਿਤ ਹੋਣ ਲੱਗਦੀਆਂ ਨੇ 48 ਘੰਟਿਆਂ ਦੇ ਅੰਦਰ ਚਿਹਰੇ ਦਾ ਖੇਤਰ ਪ੍ਰਭਾਵਿਤ ਹੁੰਦਾ ਹੈ ਇਸ ਤੋਂ ਬਾਅਦ ਸਰੀਰ ਪਿਗਲਣਾ ਸ਼ੁਰੂ ਹੋ ਜਾਂਦਾ ਹੈ